dari apa dia lokalnya apa itu semua kan 200 pound di bank पहले तो 200 pound में मेरा कोई वीडियो अपलोड नहीं हुई 250 भी हुई 300 भी हुई है 200 pound अभी हो इंशाल्लाह ताला तो कल में आ गए फिटिंग वगैरह सारा कुछ बैटरी कार की लंबाई कितनी है चौड़ाई कितनी है वीडियो देखने पहले जनाब उन्होंने लाइक और शेयर लाजमी करना तो जो नवे दोस्त ने वो जनाब सब्सक्राइब कर थोड़ा हौसला चाहिए सामने जो दिया करो यार मेहरबानी ठीक है जी ताकि सा चैनल भी कामयाबी बुलंद पहुँचे तो असं भी कोशिश करिए तो पूरी दुनिया में साडा जमा दुकान भी एक साढ़े शोरूम मिले यूट्यूब भी बोलो जनाब यूट्यूब के चैनल बने सा वजह ना फिर इन्ना सैनिक बड़े लोग मार्शल आर्ट जान पहचान लगे हैं तो जो लोग सू जानते हैं पहचानते हैं अल्लाह तला उन्हों की नजीर किधर इजाफा करे उन्होंने नाम अल्लाह तला बोलन तो बाला करे ठीक है जी वीडियो है ना सैनिक ठीक है फिर उस बाद जो मैं लाइक शेयर लाजमी कर और ये 200 पाउंड का साइज ले जरा तैयार हो रहा है काम कर रहा है ठीक है
ਕਿਉਂਕਿ ਹੁਣ ਮੋਟਰ ਦਾ ਸਿਲਸਿਲਾ ਚੱਲਣ ਦਾ, ਮੋਟਰ ਫਿੱਟ ਹੋ ਜਾਊਗੀ ਇਨਸ਼ਾਅੱਲਾ ਤਾਲਾ। ਮੋਟਰ ਨੂੰ ਕਿੰਨੇ ਕਾਬਲੇ ਲੱਗਣਗੇ ਵੀ ਤਿੰਨ ਤਿੰਨ ਹੈਂ ਤਿੰਨ ਨਿਸ਼ਾਨ ਲਾਉਣੇ ਵੈਸੇ ਆ ਵੇ, ਇੱਕ ਦੋ ਤਿੰਨ, ਇੱਧਰ ਵੀ ਇੱਕ ਦੋ ਤਿੰਨ, ਕਿਆ ਬਾਤ ਹੈ ਵੀ ਕੁਛ ਨਹੀਂ ਸੇਮ ਮੋਟਰ ਹੈ, ਤਿੰਨ ਸੁਰਾਖ ਲੱਗੇ ਬਲਕਿ ਅੱਗੇ ਚਾਰ ਨੇ ਪਿੱਛੇ ਦੇਣੇ ਲੱਗੇ। ਮੋਟਰ ਦੇ ਨਿਸ਼ਾਨ ਲੱਗਣਗੇ ਜਨਾਬ, ਤਿੰਨ ਨਿਸ਼ਾਨ ਪਿੱਛੇ ਅਤੇ ਤਿੰਨ ਹੀ ਅੱਗੇ, ਹਮੇਸ਼ਾ ਦੋ ਦੋ ਨਿਸ਼ਾਨ ਹੁੰਦੇ, ਦੋ ਮੋਟਰਾਂ ਦੇ ਪਿੱਛੇ ਅਤੇ ਦੋ ਅੱਗੇ ਸੁਰਾਖ ਹੁੰਦੇ ਨੇ। ਮਗਰ ਹੈ ਜਨਾਬ ਸਾਡੇ ਕੋਲ ਖਾਸ ਪਿਆਰੇ ਬੰਦੇ ਨੇ ਜਿਨ੍ਹਾਂ ਨੇ ਸਾਨੂੰ ਚਾਰ ਸੁਰਾਖਾਂ ਦੀ ਸੱਤ ਸੁਰਾਖਾਂ ਲਈ ਸੋਰੀ ਚਾਰ ਅਤੇ ਸੱਤ ਸੁਰਾਖਾਂ ਲਈ ਮੋਟਰ ਦੇ ਦਿੱਤੀ, ਉਹਨਾਂ ਨੇ ਕਿਹਾ ਭਾਵੇਂ ਸੱਤ ਕਾਬਲੇ ਲਾਓ, ਮਿਹਰਬਾਨੀ ਉਹਨਾਂ ਦੀ, ਉਹ ਸਾਡੇ ਇੰਨਾ ਉਹ ਕਰਦੇ ਪਏ ਨੇ। ਹੋ ਗਿਆ ਦੇਖੋ ਜੀ ਤਿੰਨ ਦੇ ਦਿਨ ਛੇ ਸੁਰਾਖ, ਲੇਕਿਨ ਅਸੀਂ ਪਾਉਣੇ ਦੋ ਹੀ ਸੁਰਾਖ, ਸਾਰੇ ਦੋ ਹੀ ਸੁਰਾਖ ਦੋ ਦੋ ਚਾਰ ਪੰਜ ਦਸ ਹੈ। ਦੇਖੋ ਜੀ ਇਸ ਸਾਡੀ ਦੁਕਾਨ ਦਾ ਕੈਮਰਾ ਚੱਲਦਾ ਪਿਆ ਜੀ, ਹਾਂ ਨਾ ਕੱਲ੍ਹ ਕੱਲ੍ਹ ਹੀ ਪੈਸੇ ਖਰਚੇ ਨੇ ਤਾਜ਼ਾ ਤਾਜ਼ਾ। ਸਾਇਦ ਵੀ ਦੇਖ ਰਹੇ ਹੋ ਇਹਦਾ ਜਿਹੜਾ ਹੈਂਡਲਬਾਰ ਲੱਗਦਾ ਨਾ, ਇਹਦਾ ਡਿਜ਼ਾਇਨ ਵੱਖਰਾ ਹੈ, ਫਰੰਟ 'ਤੇ ਲੱਗੇਗਾ ਜਿਵੇਂ 150 pound ਦਾ ਨਹੀਂ ਲੱਗਦਾ ਹੈਂਡਲਬਾਰ, ਇਹ ਉਂਝ ਹੀ ਲੱਗੇਗਾ। ਇਹ ਸਾਹਮਣੇ ਇਹਦੀ ਗੇਹ ਲੱਗਦੀ ਪਈ ਹੈ, ਸਰਵੰਟੀ ਟੂਣੀ ਲੱਗਣੀ, ਠੀਕ ਹੈ। ਇਹ ਤਾਂ ਇਹਦਾ ਸਮਾਨ ਮੁਕੰਮਲ ਹੋ ਰਿਹਾ, ਉਸ ਤੋਂ ਬਾਅਦ ਤੁਹਾਨੂੰ ਸੂਚ ਲਾ ਕੇ ਵਿਖਾਵਾਂਗੇ ਸ਼ਾਇਆਂ 'ਤੇ। ਲਿਆਓ ਜੀ ਸੁੱਖ, ਅੱਜ ਸੁੱਖ ਲੱਗੇਗਾ, ਇਹ ਅੱਠ ਸੁੱਖ ਲਾਉਣਾ ਸੀ ਜਨਾਬ, ਪਹਿਲੇ ਲਾਇਆ ਜਾ ਰਿਹਾ ਹੈਡ ਪਲੱਗ ਲਾਉਣਾ, ਅੱਠ ਸੁੱਖ ਲਾਉਣਾ ਸਾ ਜਨਾਬ, ਲਾਇਆ ਜਾ ਰਿਹਾ ਹੈਡ ਪਲੱਗ, ਅਤੇ ਫਿਰ ਅਸੀਂ ਬਾਅਦ ਲੱਗੇਗਾ ਅੱਠ ਸੁੱਖ ਖਾਲੇ ਜਾਤ ਸਾਹਿਬ ਵੀ ਦੇਖ ਕੇ ਗਏ ਨੇ। ਹਾਂ ਉਹ ਬੋਲ ਗਿਆ ਫਿਰ ਕਹਿ ਕੇ ਗਏ ਨੇ ਕੋਈ ਗੱਲ ਨਹੀਂ ਯਾਰ, ਰਿਜ਼ਲਟ ਜੋ ਅੱਲਾ ਨੇ ਸਿਮਾ ਲਿਆ ਉਹੀ ਮਿਲਣਾ ਵਾ।
ਨਹੀਂ ਮੈਂ ਤਾਂ ਵੇਖਿਆ ਹੀ ਹੋਣਾ ਤੁਹਾਡੇ ਸਾਹਮਣੇ ਜਨਾਬ 200 ਪਾਉਂਡ ਦੀ ਟੈਂਕੀ ਫਿੱਟ ਹੁੰਦੇ ਚੈੱਕ ਕਰ ਲਈ ਹੈ। ਉਹ ਮੇਰਾ ਖਿਆਲ ਹੈ ਤੁਹਾਡੇ 'ਤੇ ਕੋਈ ਮੁਸ਼ਕਲ ਤਾਂ ਨਹੀਂ ਹੋਏਗੀ, ਹੈ ਆਪੇ ਫਿੱਟ ਕਰ ਸਕਦੇ ਹੋ ਅਤੇ ਵਾਟਰ ਸ਼ਾਟਰ ਵੀ ਭੇਜ ਦਿਆ ਕਰੋ ਜਨਾਬ, ਅਸੀਂ ਤਾਂ ਸਾਰੀ ਕਰਦੇ ਰਹਿੰਦੇ ਹਾਂ। ਹੈਂ ਅੱਡ ਵੀ ਭੇਜਿਆ ਕਰੋ, ਤੁਹਾਡੇ ਅੰਕਲ ਜੀ ਬੈਠੇ ਨੇ, ਦੋਸਤ ਬੈਠੇ ਨੇ, ਬੱਚੇ ਬੈਠੇ ਨੇ, ਜੋ ਮਰਜ਼ੀ ਸਮਝੋ। ਅਵੈਸ ਮਸ਼ੀਨਰੀ ਸਟੋਰ ਜੋ ਨਾਮ ਹੈ ਇਤਮਾਦ ਕਾ ਰਜਿਸਟਰਡ ਹੈ, ਠੀਕ ਹੈ, ਅਤੇ ਅਲਹਮਦੁਲਿਲਾ ਇੱਥੇ ਇਖਲਾਕ ਪੇਸ਼ ਕੀਤਾ ਜਾਂਦਾ ਹੈ, ਮੁਹੱਬਤ ਪੇਸ਼ ਕੀਤੀ ਜਾਂਦੀ ਹੈ, ਅਤੇ ਕੋਸ਼ਿਸ਼ ਕਰੀਦਾ ਕੋਈ ਕਸਟਮਰ ਨਾਰਾਜ਼ ਨਾ ਹੋ ਕੇ ਜਾਵੇ ਅਤੇ ਸਾਰਿਆਂ ਨੂੰ ਪਿਆਰ ਮੁਹੱਬਤ ਨਾਲ ਡੀਲ ਕਰੀਦਾ। ਅਤੇ ਜਨਾਬ ਵੀਡੀਓ ਤੁਸੀਂ ਦੇਖ ਲਿੱਤੀ ਹੈ, ਹੁਣ ਅਸੀਂ ਵੀਡੀਓ ਖਤਮ ਕਰਨੇ ਹਾਂ, ਠੀਕ ਹੈ, ਤੁਹਾਡੇ ਕੋਲ ਜਾਣਾ ਚਾਹੁੰਦੇ ਹਾਂ। ਅਤੇ ਐਂਡ ਉੱਤੇ ਫਿਰ ਤੁਹਾਡੇ ਸਾਰੇ ਭਰਾਵਾਂ ਅੱਗੇ ਇਹੀ ਗੁਜ਼ਾਰਿਸ਼ ਕਰਨੇ ਹਾਂ ਕਿ ਜਿੰਨੇ ਦੁਨੀਆ ਪਾਣੀ ਤੋਂ ਉਸ ਹੋ ਚੁੱਕੇ ਨੇ, ਸਾਰਿਆਂ ਵਾਸਤੇ ਮਦਦ ਦੀ ਦੁਆ ਕਰੋ, ਅੱਲਾਹ ਤਾਲਾ ਉਹਨਾਂ ਦੀ ਬਖਸ਼ਿਸ਼ ਕਰੇ, ਉਹਨਾਂ ਦੀ ਮਦਦ ਕਰੇ। ਮੇਰੀ ਜਾਣ ਅਸੀਂ ਦੁਆ ਕਰਨਾ, ਮੇਰੀ ਵਾਲਦਾ ਮਹਿਮਾ ਅਸੀਂ ਦੁਆ ਕਰਨਾ, ਸੱਸ ਸਰਾ ਸੇ ਦੁਆ ਕਰਨਾ, ਠੀਕ ਹੈ, ਅੱਲਾਹ ਤਾਲਾ ਉਹਨਾਂ ਦੀ ਬਖਸ਼ਿਸ਼ ਮਦਦ ਕਰੇ, ਅੱਲਾਹ ਤਾਲਾ ਉਹਨਾਂ ਦਾ ਜਾਤ ਬੁਲੰਦ ਕਰੇ, ਅਤੇ ਜਿਹੜੇ ਬਿਮਾਰ ਨੇ ਉਹਨਾਂ ਵਾਸਤੇ ਲਾਜ਼ਮੀ ਦੁਆ ਕਰਿਆ ਕਰੋ ਹਰ ਨਮਾਜ਼ ਦੇ ਵਿੱਚ। ਅੱਲਾਹ ਤਾਲਾ ਕਿਸੇ ਮਾਂ ਬਾਪ ਨੂੰ ਲਾਦਾ ਦੁੱਖਣਾ ਦੇਵੇ ਅਤੇ ਕਿਸੇ ਔਲਾਦ ਨੂੰ ਮਾਂ ਬਾਪ ਦਾ ਦੁੱਖਣਾ ਦੇਵੇ। ਅੱਲਾਹ ਤਾਲਾ ਸਭ ਬਿਮਾਰਾਂ ਨੂੰ ਸਿਹਤ ਤੰਦਰੁਸਤੀ ਕਾਮਯਾਬੀ ਦੇਵੇ। ਲੋ ਦੋਸਤੋ, ਇਜਾਜ਼ਤ ਚਾਹੁੰਦੇ ਹਾਂ, ਖੁਦਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।